ਆਸਰਾਜ ਦੀਆਂ ਕਵਿਤਾ ਬਈ ਸਾਡੀਆਂ ਬਣੀਆਂ ਹੋਈਆਂ, ਕਮਿਸ਼ਨਾਂ ਦੀਆਂ ਬੰਦਿਆਂ ਵਾਲੇ ਜਮੇਰ ਦੀ ਲਿਖੀ ਹੋਈ ਕਵਿਤਾ ਇੱਕ ਤੁਹਾਡੇ ਅੱਗੇ ਪੇਸ਼ ਕਰਦੇ ਆ ਭਲਾ ਵੀ ਹੇ ਦਾਰੂ ਪੀਰੇ ਦੇ ਕਮਿਆਰ ਉਹਨੂੰ ਚੜਾ ਦਾ ਨਸ਼ਾ ਇਸ ਮਾਰ ਕਰਦਾ ਮਾਰੋ ਮਾਰ ਉਹ ਤਾਕਤ ਦਿਖਾਉਂਦਾ ਸੀ ਉਹ ਡੰਡਾ ਗਦੀਆਂ ਤੇ ਖੜਕਾਉਂਦਾ ਸੀ ਉਹਦੇ ਦਾਰੂ ਪੀਲੇ ਤੇਲੀ ਮਾਰੂ ਮਗਜਾਰੀ ਵਰੀਰ ਆਜ਼ਾਦੀ ਨੂੰ ਕਹੇ ਵਕਤੂ ਨਾਰੀ ਨੀ ਐਸਾ ਚਿੱਤ ਕਰਦਾ ਕਸਮਾਨ ਪਾ ਦਿਆ ਚਿੱਤ ਕਰਦਾ ਨੀ ਮੈਂ ਕੋਠਾ ਟਾ ਦਿਆ ਉਹਦੇ ਦਾਰੂ ਪੀਲੇ ਜਲਾਹ ਕਹਿੰਦਾ ਮੈਂ ਲੈ ਕੇ ਮਰੂਗਾ ਫਾਹਾ ਇਹ ਕੰਮ ਚਾਹ ਮੈਨੂੰ ਕੋਈ ਹਟਾਇਓ ਨਾ ਕੋਈ ਮੈਂ ਤਾਂ ਇਸ ਤਰ੍ਹਾਂ ਮਰੂ ਮੈਨੂੰ ਕੋਈ ਹਟਾਇਓ ਨਾ ਉਹਦੇ ਦਾਰੂ ਪੀਲੇ ਨਾਈ ਕੰਗਾ ਕੰਚੀ ਉਠਾਈ ਉਹ ਕਹਿੰਦਾ ਓਏ ਕੁੱਤੇ ਬਿੱਲੇ ਮੁੰਨ ਨੂੰ ਤਮਾਮ ਪਿੰਡ ਦੇ ਨਾਰੇ ਹਿੰਡ ਦੇ ਕੁੱਤੇ ਬਿੱਲੇ ਮੁੰਨ ਨੂੰ ਤਮਾਮ ਪਿੰਡ ਦੇ ਓਏ ਹੋ ਗਿਆ ਬਾਣਿਆ ਸ਼ਰਾਬੀ ਕਰਦਾ ਖਰਾਬੀ ਔਰਤ ਨੂੰ ਆਖੇ ਭਾਬੀ ਲਿਆ ਨੀ ਗਲਾਸ ਕੱਚ ਦਾ ਦਾਰੂ ਜਾਂਦੀ ਆ ਚੜੀ ਨੀ ਮੈਂ ਹੁਣ ਨਹੀਂ ਬਚਦਾ ਓ ਦਾਰੂ ਪੀਲੇ ਦੇ ਸੁਨਿਆਰਾ ਓ ਖੋਲਦਾ ਨੀ ਫੁਫਾਰਾ ਓ ਦਾਰੂ ਜਾਂਦੀ ਆ ਚੜੀ ਓ ਸੁਨਿਆਰੀ ਬੈਠੀ ਆ ਨਾਬਜ ਫੜੀ ਓ ਦਾਰੂ ਪੀਂਦੇ ਨੇ ਕੰਗਾਲ ਜੰਮੀ ਜਿੰਨਾ ਨਾਲਾ ਉਹ ਫਰਕਿਆਂ ਦੇ ਉੱਤੋਂ ਵੀ ਸਿੱਟਣ ਲੈਣੀਆਂ ਪੀਂਦੇ ਆ ਦਾਰੂ ਕਲਾਲ ਦਿੰਦੇ ਵਿਹੜਾ ਵਿੱਚ ਗੇੜੇ ਖੇੜੀਆਂ ਉਹ ਜੱਟ ਬੋਤਲ ਮੰਗਾਵੇ ਸਾਰੀ ਉਹ ਸਾਰੀ ਅੰਦਰ ਲੰਘਾਵੇ ਸਾਨ ਵਾਂਗੂ ਖੋਰੂ ਪਾਵੇ ਕਹਿੰਦਾ ਖੂਨ ਕਰ ਦੂ ਜ਼ਮੀਨ ਆ ਬਥੇਰੀ ਕਿੱਲਾ ਗਹਿਣੇ ਕਰ ਦੂ ਉਹ ਹਰੀ ਮਾਨਾ ਨਸ਼ਾ ਗਾਉਣ ਦਾ ਚੜਾ ਦੇ ਹੋਰ ਗੱਲਾਂ ਚੋ ਕਰਾ ਦੇ ਦੁਖੀ ਦੱਖ ਦੇ ਉਹ ਲਾ ਦੇ ਉਹ ਬੜੀ ਆਉਂਦੀਆਂ ਨੇ ਲਾਉਂਦੀ ਆ ਦਾਰੂ ਪੀ ਕੇ ਪਰਖ ਜਾਤ ਦੀ ਬੂਟਾ ਸਿਆ ਆਉਂਦੀ ਆ।